ਹੈਲੋ ਦੋਸਤੋ ਵੈਲਕਮ ਟੂ आवर YouTube ਚੈਨਲ keep on 05 ਤੇ ਉਮੀਦ ਕਰਦਾ ਤੁਸੀਂ ਸਭ ਵਧੀਆ ਹੋਗੇ ETT Gader 994 ਪੋਸਟ ਨਾਲ ਰਿਲੇਟਡ ਜੋ ਆਪਾਂ ਬੈਚ ਸ਼ੁਰੂ ਕੀਤਾ ਆਇਆ ਉਸ ਦੇ ਮੈਥ ਸੈਕਸ਼ਨ ਦੇ ਜੋ ਆਪਾਂ ਸਰਕਲ ਚੈਪਟਰ ਸ਼ੁਰੂ ਕੀਤਾ ਆਇਆ ਸੀ ਉਸ ਦੀ ਅੱਜ ਲਾਸਟ ਵੀਡੀਓ ਜੋ ਆਪਾਂ ਬਣਾ ਰਹੇ ਆਂ ਉਸ ਵਿੱਚ ਕੁਝ ਆਪਾਂ ਹੁਣ ਸਮ ਕਰਾਂਗੇ ਜੋ ਆਪਣੇ ਇਸ ਚੈਪਟਰ ਨਾਲ ਰਿਲੇਟਡ ਹੋਣਗੇ ਕੁਝ ਸਮ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤੇ ਸੀ ਤੇ ਅੱਜ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਇਹ ਚੈਪਟਰ ਪਹਿਲਾ ਸਵਾਲ ਦੇਖੋ ਕੀ ਲਿਖਿਆ ਹੈ ਕਹਿੰਦਾ ਦ ਲੋਂਗੇਸਟ ਕੋਡ ਆਫ ਅ ਸਰਕਲ ਇਜ਼ ਡੈਸ਼ ਆਫ ਦਾ ਸਰਕਲ ਹੁਣ ਕੀ ਕਹਿ ਰਿਹਾ ਕਹਿੰਦਾ ਲੋਂਗੇਸਟ ਕੋਡ ਆਫ ਅ ਸਰਕਲ ਸਰਕਲ ਦੀ ਲੋਂਗੇਸਟ ਕੋਡ ਕਿਹੜੀ ਹੁੰਦੀ ਹੈ ਠੀਕ ਹੈ ਸਭ ਨਾਲ ਵੱਡੀ ਕੋਡ ਕਿਹੜੀ ਹੈ ਸਰਕਲ ਦੀ ਆਪ ਨੂੰ ਪਤਾ ਹੈ ਕਿ ਜੋ ਸਰਕਲ ਹੁੰਦਾ ਦੇਖੋ ਆ ਇੱਕ ਸਰਕਲ ਡਰਾ ਕੀਤਾ ਠੀਕ ਹੈ ਸਰਕਲ ਦੀ ਜੋਕਰ ਮਿਡਲ ਦੇ ਵਿੱਚੋਂ ਆਪਾਂ ਇੱਕ ਕੋਡ ਡਰਾ ਕਰਾਂਗੇ ਠੀਕ ਹੈ ਇੱਕ ਦੇਖੋ ਆ ਕੋਡ ਹੈ ਆਹੋ ਠੀਕ ਹੈ ਇਹ ਜੀਵਾ ਹੈ ਗਿਆ ਤੇ ਸਭ ਨਾਲ ਵੱਡੀ ਜੀਵਾ ਕਿਹੜੀ ਹੁੰਦੀ ਸਰਕਲ ਦੀ ਆਪਾਂ ਨੂੰ ਪਤਾ ਹੈ ਕਿ ਸਰਕਲ ਦੇ ਜੋ ਸੈਂਟਰ ਦੇ ਵਿੱਚੋਂ ਲੰਘਦਾ ਹੈ ਜਿਸ ਨੂੰ ਆਪਾਂ ਕੀ ਕਹਿੰਦੇ ਆ ਡਾਇਆਮੀਟਰ ਚੱਕਰ ਦਾ ਵਿਆਸ ਕਹਿੰਦੇ ਆ ਠੀਕ ਹੈ ਜਿਵੇਂ A ਤੇ B ਠੀਕ ਹੈ ਚੱਕਰ ਦੇ ਵਿਆਸ ਹੋ ਗਿਆ ਠੀਕ ਹੈ ਜੋ ਚੱਕਰ ਦਾ ਵਿਆਸ ਮਤਲਬ ਜੋ ਚੱਕਰ ਦਾ ਡਾਇਆਮੀਟਰ ਹੁੰਦਾ ਹੈ ਉਹ ਕੀ ਹੁੰਦਾ ਹੈ ਚੱਕਰ ਦੀ ਸਭ ਨਾਲ ਵੱਡੀ ਜੀਵਾ ਹੁੰਦੀ ਹੈ ਠੀਕ ਹੈ ਸਭ ਨਾਲ ਵੱਡੀ ਕੋਡ ਕਿਹੜੀ ਹੁੰਦੀ ਹੈ ਚੱਕਰ ਦਾ ਡਾਇਆਮੀਟਰ ਠੀਕ ਹੈ ਲਈ ਆਪਸ਼ਨ ਬੀ ਆਪਣਾ ਆਨਸਰ ਹੋਏਗਾ ਅੱਗੇ ਚਲਦੇ ਆ ਆਪਾਂ ਸੈਕੰਡ ਸਮ ਦੇਖੋ ਅੱਗੇ ਕੀ ਕਹਿੰਦਾ ਹੈ ਐਨ ਆਰਕ ਇਜ਼ ਅ ਡੈਸ਼ ਵੈਨ ਜਦ ਇਟਸ ਐਂਡ ਆਰ ਦਾ ਐਂਡਸ ਆਫ ਅ ਡਾਇਆਮੀਟਰ ਠੀਕ ਹੈ ਕਹਿੰਦਾ ਐਨ ਆਰਕ ਇਜ਼ ਅ ਡੈਸ਼ ਕੀ ਹੁੰਦੀ ਹੈ ਆਰਕ ਵੈਨ ਜਦ ਇਟਸ ਐਂਡ ਆਫ ਦਾ ਐਂਡਸ ਆਫ ਦਾ ਡਾਇਆਮੀਟਰ ਦੇਖੋ ਇੱਕ ਸਰਕਲ ਹੈ ਠੀਕ ਹੈ ਇੱਕ ਸਰਕਲ ਡਰਾਉ ਕੀਤਾ ਠੀਕ ਹੈ ਸਰਕਲ ਦੀ ਆਰਕ ਕੀ ਹੋਏਗੀ ਠੀਕ ਹੈ ਇੱਥੇ ਆ ਦੇਖੋ ਇੱਥੋਂ ਆਰਕ ਆਰਕ ਹੋਗੀ ਠੀਕ ਹੈ ਇੰਨੀ ਆਰਕ ਹੋਗੀ ਆਪਣੇ ਕੋਲ ਠੀਕ ਹੈ ਕਿੰਨਾ ਐਨ ਆਰਕ ਇਜ਼ ਅ ਡੈਸ਼ ਵੈਨ ਜਦ ਐਂਡਸ ਆਰ ਐਂਡਸ ਆਫ ਅ ਡਾਇਮੀਟਰ ਇਨ ਦੀ ਡਾਇਮੀਟਰ ਦੇ ਐਂਡਸ ਇਹਨੂੰ ਆਪਾਂ ਇੱਕ ਡਾਇਮੀਟਰ ਲਾ ਦਈਏ ਇੱਥੋਂ ਆਰਕ ਦਾ ਠੀਕ ਹੈ ਆ ਦੇਖੋ ਇਹ ਡਾਇਮੀਟਰ ਲੱਗ ਗਿਆ ਇਜੇਕਰ ਡਾਇਆਮੀਟਰ ਇਹ ਫਿਰ ਚੱਕਰ ਬਣ ਕੀ ਜਾਂਦਾ ਹੈ ਠੀਕ ਹੈ ਕੋਈ ਵੀ ਆਰਕ ਹੈ ਮੰਨ ਲਓ ਇਹਨੂੰ ਆਰਕ ਨੂੰ ਆਪਾਂ ਹੋਰ ਲੰਮੀ ਵੱਡੀ ਕਰ ਦਿੰਨੇ ਆ ਠੀਕ ਹੈ ਆਹ ਸਾਰੀ ਆਰਕ ਹੋਗੀ ਆਪਣੀ ਜੇਕਰ ਇਹਨੂੰ ਇੱਕ ਡਾਇਆਮੀਟਰ ਬਣਾ ਦਈਏ ਤੇ ਆ ਚੱਕਰ ਬਣ ਕੀ ਜਾਏਗਾ ਆ ਦੇਖੋ ਆ ਜਿਹੜਾ ਸ਼ੇਡ ਕੀਤਾ ਮੈਂ ਠੀਕ ਹੈ ਇੱਕ ਹੀ ਬਣ ਗਿਆ ਇੱਕ ਹੀ ਬਣ ਗਿਆ ਸੈਮੀ ਸਰਕਲ ਨਹੀਂ ਬਣ ਗਿਆ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਇੱਕ ਡਾਇਆਮੀਟਰ ਜੋ ਦੋ ਐਂਡਸ ਪੁਆਇੰਟ ਨੂੰ ਮੋਲਾ ਰਿਹਾ ਹੈ ਠੀਕ ਹੈ ਜੋ ਇੱਕ ਆ ਆਰਕ ਬਣ ਰਹੀ ਇਹਦਾ ਨਾਮ ਦੇ ਦੋ A ਦੇ ਵੀ ਠੀਕ ਹੈ ਤਾਂ ਆ ਜੋ ਸ਼ੈਡਲ ਰੀਜ਼ਨ ਹੈਗਾ ਇਹ ਕੀ ਬਣ ਰਿਹਾ ਇੱਕ ਸਰਕਲ ਦਾ ਇੱਕ ਸਰਕਲ ਦਾ ਹਾਫ ਪਾਰਟ ਬਣ ਰਿਹਾ ਮੀਨਸ ਸੈਮੀ ਸਰਕਲ ਬਣ ਰਿਹਾ ਵੀ ਕੈਨ ਜੁਨ ਹੈ ਕਿ ਐਨ ਆਰਕ ਜੀ ਸੈਮੀ ਸਰਕਲ ਵੈਨ ਜੀ ਏਂਡਸ ਆਰ ਏਂਡਸ ਆਫ ਏ ਡਾਇਮੀਟਰ ਕਿ ਦਾ ਇੰਦ ਜੋ ਕੋ ਆਰਕ ਦੇ ਜਿਹੜੇ ਐਂਡ ਹੈ ਉਹ ਡਾਇਮੀਟਰ ਦੇ ਐਂਡ ਹੋਣਗੇ ਤੇ ਉਦੋਂ ਕੀ ਬਣ ਜੇਗਾ ਇੱਕ ਸੈਮੀ ਸਰਕਲ ਬਣ ਜੇਗਾ ਠੀਕ ਹੈ ਕੀ ਬਣ ਜੇਗਾ ਸੈਮੀ ਸਰਕਲ ਬਣ ਜੇਗਾ ਠੀਕ ਹੈ 3 ਨੰਬਰ অপਸ਼ਨ ਆਪਣੀ ਠੀਕ ਹੈ ਅੱਗੇ ਚੱਲੀਏ ਅੱਗੇ ਦੇਖੋ ਕਹਿੰਦਾ ਇਹ ਸਰਕਲ ਡਿਵਾਈਡ ਦਾ ਪਲੇਨ ਓਨ ਵਿਚ ਇਜ਼ ਲਾਈ ਇਨ ਡੈਸ਼ ਪਾਰਟਸ ਕਹਿੰਦੇ ਕੀ ਸਰਕਲ ਹੈ ਸਰਕਲ ਡਿਵਾਈਡ ਕਰਦਾ ਇੱਕ ਪਲੇਨ ਨੂੰ ਮੰਨ ਲਓ ਇੱਕ ਆ ਪਲੇਨ ਹੈ ਇੱਕ ਆ ਪਲੇਨ ਬਣਾ ਰਿਹਾ ਚਾਪ ਨੇ ਕਾਪੀ ਦਾ ਪੇਜ ਹੈ ਉਹਦੇ ਚ ਇੱਕ ਸਰਕਲ ਹੈ ਠੀਕ ਹੈ ਕਹਿੰਦੇ ਸਰਕਲ ਜਿਹੜਾ ਪਲੇਨ ਨੂੰ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕਰਦਾ ਹੈ ਇੱਕ ਪਾਰਟ ਆ ਹੋ ਗਿਆ ਠੀਕ ਹੈ ਇੱਕ ਸਰਕਲ ਦਾ ਅੰਦਰਲਾ ਪਾਰਟ ਹੋ ਗਿਆ ਇੱਕ ਇਹ ਜੋ ਆਪਾਂ ਸਰਕਲ ਲਗਾਇਆ ਹੈ ਠੀਕ ਹੈ ਜੇਕਰ ਆਪਾਂ ਸਰਕਲ ਵਿੱਚੋਂ ਕੱਢ ਦਾਂਗੇ ਇੱਕ ਸਰਕਲ ਵਾਲਾ ਪਾਰਟ ਹੋ ਜਾਏਗਾ ਠੀਕ ਹੈ ਇੱਕ ਆ ਸ਼ੈਡ ਇਹ ਕਾ ਰੀਜ਼ਨ ਹੋ ਜਾਏਗਾ ਠੀਕ ਹੈ ਇੱਕ ਖੁਦ ਸਰਕਲ ਦਾ ਹੋ ਗਿਆ ਠੀਕ ਹੈ ਇਹ ਇਹ ਸਰਕਲ ਨੂੰ ਫਿਰ ਕਿੰਨੇ ਪਾਰਟ ਵਿੱਚ ਵੰਡ ਦੇਗਾ ਇੱਕ ਸਰਕਲ ਦਾ ਜੋ ਆਪਾਂ ਸਰਕਲ ਨੂੰ ਡਰਾਅ ਕੀਤਾ ਇੱਕ ਪਾਰਟ ਆ ਹੋ ਗਿਆ ਇੱਕ ਸਰਕਲ ਦੇ ਅੰਦਰ ਵਾਲਾ ਪਾਰਟ ਇੱਕ ਸਰਕਲ ਦੇ ਬਾਹਰ ਵਾਲਾ ਪਾਰਟ ਠੀਕ ਹੈ ਦੇਖੋ ਇੱਕ ਆ ਪਾਰਟ 2 ਨੰਬਰ ਆ ਇੱਕਾ ਉੱਪਰ ਸਰਕਲ ਦੇ ਉੱਪਰ ਵਾਲਾ 파ਟ ਠੀਕ ਹੈ ਤੇ ਕਿੰਨੇ 파ਟ ਦੇ ਵਿੱਚ ਡਿਵਾਈਡ ਕਰ ਦੇਗਾ 3 파ਰਟਸ ਦੇ ਵਿੱਚ ਠੀਕ ਹੈ ਕਿੰਨੇ 파ਰਟ ਦੇ ਵਿੱਚ 3 파ਰਟ ਦੇ ਤਿੰਨ ਨੰਬਰ ਆਪਣੀ অপਸ਼ਨ ਹੋ ਜੇਗੀ 3 파ਰਟਸ ਦੇ ਵਿੱਚ ਡਿਵਾਈਡ ਕਰੇਗਾ ਠੀਕ ਹੈ ਅੱਗੇ ਦੇਖੋਗੀ ਕਹਿੰਦਾ ਵਿਚ ਇਜ਼ ਦਾ ਟ੍ਰੂ ਸਟੇਟਮੈਂਟ ਇਨ ਫੋਲੋਇੰਗ ਠੀਕ ਹੈ ਹੁਣ ਦੇਖੋ ਪਹਿਲੀ ਸਟੇਟਮੈਂਟ ਕੀ ਕਹਿੰਦਾ ਇਫ a ਸਰਕਲ ਇਜ਼ ਡਿਵਾਈਡਡ ਇਨਟੂ 3 ਇਕੁਅਲ ਆਰਕਸ ਈਚ ਇਸ এ ਮੇਜਰ ਆਰਕ ਹੁਣ ਦੇਖੋ ਜਦੋਂ ਆਪਾਂ ਕੋਈ ਵੀ ਆਰਕ ਲਗਾਣੇ ਆ ਚਾਪ ਲਗਾਣੇ ਆ ਆਪਾਂ ਨੂੰ ਪਤਾ ਮੈਂ ਤੁਹਾਨੂੰ ਦੱਸਿਆ ਸੀ ਇਹ ਜੇਕਰ ਇੱਕ ਚਾਪ ਲਗਾਈਏ ਜੇ ਸਰਕਲ ਦੀ ਜਾਂ ਤਾਂ ਉਹ ਇਕੁਅਲ ਹੋਣਗੀ ਜਾਂ ਇੱਕ ਮੇਜਰ ਹੋਏਗੀ ਜਾਂ ਮਾਈਨਰ ਹੋਏਗੀ ਠੀਕ ਹੈ ਬਟ ਉਹ ਕਹਿੰਦਾ ਜੀ ਕਿ ਤਿੰਨ ਤਿੰਨ ਇਕੁਅਲ ਪਾਰਟਸ ਹੈ ਤੇ ਈ ਚੀਜ਼ ਮੇਜਰ ਨਾ ਜਦੋਂ ਤਿੰਨੇ ਇਕੁਅਲ ਹੈ ਤਾਂ ਕੋਈ ਵੱਡੀ ਜਾਂ ਛੋਟੀ ਦਾ ਚੱਕਰ ਹੀ ਨਹੀਂ ਰਹਿ ਗਿਆ ਤਿੰਨੋਂ ਹੀ ਬਰਾਬਰ ਹੈ ਇਸ ਕਰਕੇ ਜੋ ਪਹਿਲੀ অপਸ਼ਨ ਹੈ ਨਾ ਪਹਿਲੀ অপਸ਼ਨ ਕੀ ਹੋ ਜੇਗੀ ਰੋਂਗ ਹੋ ਜੇਗੀ ਆਪਣੀ ਠੀਕ ਹੈ ਆਪਾਂ ਦੂਸਰੀ অপਸ਼ਨ ਤੇ ਚੱਲਦੇ ਆਂ ਦੂਸਰੀ ਆਪਸ਼ਨ ਕੀ ਕਹਿੰਦਾ ਹੈ ਕਹਿੰਦਾ ਸੈਕਟਰ ਇਜ਼ ਦਾ ਰੀਜ਼ਨ ਬਿਟਵੀਨ ਦਾ ਕੋਡਸ ਐਂਡ ਇਟਸ ਕੋਰਸਪੋਂਡਿੰਗ ਆਰਕ ਜਿਹੜਾ ਸੈਕਟਰ ਹੈ ਕਹਿੰਦਾ ਉਹ ਉਹ ਰੀਜ਼ਨ ਹੈ ਉਹ ਜਗ੍ਹਾ ਹੈ ਕਿੰਦੇ ਵਿੱਚ ਇੱਕ ਕੋਡ ਦੇ ਵਿੱਚ ਐਂਡ ਇਟਸ ਕੋਰਸਪੋਂਡਿੰਗ ਆਰਕ ਦੇ ਵਿੱਚ ਹੁਣ ਦੇਖੋ ਤੁਹਾਨੂੰ ਮੈਂ ਬਣਾ ਕੇ ਦਿਖਾਣਾ ਦੇਖੋ ਇੱਕ ਦਾ ਸਰਕਲ ਬਣਾ ਲਿਆ ਹੁਣ ਇਹ ਸੈਕਟਰ ਕੀ ਬਣੇਗਾ ਸੈਕਟਰ ਆ ਬਣ ਜਾਏਗਾ ਠੀਕ ਹੈ ਆ ਸੈਕਟਰ ਬਣ ਗਿਆ ਆਪਣੇ ਕੋਲ ਆ ਦੇਖੋ ਹੁਣ ਉਹ ਕੀ ਕਹਿ ਰਿਹਾ ਹੈ ਕਿੰਨਾ ਸੈਕਟਰ इज द ਰੀਜ਼ਨ ਆ ਸੈਕਟਰ ਬਣ ਗਿਆ ਠੀਕ ਹੈ ਚੱਕਰੀ ਖੰਡ ਬਣ ਗਿਆ ਕੀ ਕਹਿੰਦਾ ਸੈਕਟਰ ਬਟਵੀਨ ਦਾ ਕੋਡ ਹੁਣ ਇਹਦੇ ਚ ਕੋਡ ਕਿਹੜੀ ਹੈ ਕੋਡ ਇੱਥੇ ਲਗਾ ਲਓ ਠੀਕ ਹੈ ਇੱਕਾ ਕੋਡ ਗਈ ਚਲੀ ਠੀਕ ਹੈ ਐਂਡ ਇਟਸ ਕੋਰਸਪੋਂਡਿੰਗ ਆਰਕ ਆ ਇਹਦੀ ਕੋਰਸਪੋਂਡਿੰਗ ਆਰ ਜਿਹੜੀ ਜੂ ਸੇਮ ਹੀ ਆਰਕ ਇਹਦੀ ਸੈਕਟਰ ਦੀ ਵੀ ਠੀਕ ਹੈ ਐਂਡ ਆਰਕ ਸੈਕਟਰ ਦੀ ਵੀ ਤੇ ਕੋਡ ਦੀ ਵੀ ਕੀ ਇਹ ਕੋਰਸਪੋਂਡਿੰਗ ਆਰਕ ਆਰਕ ਤਾਂ ਦੋਨਾਂ ਦੀ ਆ ਹੀ ਹੋਗੀ ਇੰਨੀ ਠੀਕ ਹੈ a اور b ਠੀਕ ਹੈ ਬਟ ਉਹ ਕਹਿ ਰਿਹਾ ਕਿ ਸੈਕਟਰ ਬਟ ਨਹੀਂ ਆਪ ਨੂੰ ਪਤਾ ਕਿ ਸੈਕਟਰ ਇਸ ਦਾ ਉਹ ਕਹਿੰਦਾ ਸੈਕਟਰ ਉਹ ਜਗ੍ਹਾ ਹੈਗੀ ਹੈ ਬਟਵੀਨ ਦਾ ਕੋਡ ਐਂਡ ਇਟਸ ਕੋਰਸਪੋਂਡਿੰਗ ਆਰਕ ਬਟ ਇਹਨਾਂ ਦੇ ਵਿਚਕਾਰ ਨਹੀਂ ਆ ਰਿਹਾ ਕਿਉਂਕਿ ਜਿਹੜਾ ਸੈਕਟਰ ਹੈ ਜਿਹੜੀ ਕੋਡ ਹੈ ਉਹ ਵੀ ਕੀ ਹੈ ਸੈਕਟਰ ਦੇ ਵਿੱਚ ਆ ਰਹੀ ਹੈ ਬਟ ਉਹ ਕਹਿੰਦੇ ਇਹਨਾਂ ਦੋਵਾਂ ਦੇ ਵਿੱਚਕਾਰ ਹੈ ਇਸ ਕਰਕੇ ਇਹ ਕੀ ਹੈ ਰੋਂਗ অপਸ਼ਨ ਹੋ ਜਾਏਗੀ ਆਪਣੇ ਕੋਲ ਠੀਕ ਹੈ ਇੱਕ ਹੀ ਹੋ ਗਈ ਆਪਣੇ ਕੋਲ ਰੋਂਗ অপਸ਼ਨ ਹੋ ਗਈ ਠੀਕ ਹੈ ਅੱਗੇ ਦੇਖੋ ਕਿਨਾਂ ਸਰਕਲ ਇਜ਼ ਅ ਪਲੇਨ ਫਿਗਰ ਉਹਦਾ ਪਤਾ ਹੀ ਕਿ ਸਰਕਲ ਇੱਕ ਪਲੇਨ ਫਿਗਰ ਹੈਗੀ ਹੈ 2D 2D ਸ਼ੇਪ ਹੈਗੀ ਹੈ ਠੀਕ ਹੈ ਇਸ ਕਰਕੇ ਆਪਣੀ ਤੀਸਰੀ অপਸ਼ਨ ਸਹੀ ਹੋਏਗੀ ਅੱਗੇ ਚਲਦੇ ਹਾਂ ਉੰ데 ਕੋ ਅੱਗੇ ਕੀ ਕਹਿ ਰਿਹਾ ਅੱਗੇ ਕਹਿੰਦਾ ਇਨ ਫਿਗਰ ਆਪਣੇ ਕੋਲ ਇੱਕਾ ਫਿਗਰ ਦਿੱਤੀ ਹੈ 10.38 ਇੰਦੇ ਚ ਕਹਿੰਦਾ ਕਿ ਐਂਗਲ ABC 69 ਡਿਗਰੀ ਹੈ ਠੀਕ ਹੈ ਤੇ ACB ABC ਗਏ 69 ਡਿਗਰੀ ਤੇ ACB 31 ਡਿਗਰੀ ਤੇ ਕਹਿੰਦਾ ਫਾਈਂਡ ਐਂਗਲ BDC BDC ਆ ਐਂਗਲ ਫਾਈਂਡ ਕਰਨਾ ਹੈ ਠੀਕ ਹੈ ਹੁਣ ਆਪਾਂ ਨੂੰ ਕੋਲ ਐਂਗਲ B ਦਿੱਤਾ ਹੈ A B C ਆ ਦਿੱਤਾ ਹੈ ਐਂਗਲ ਠੀਕ ਹੈ 69 ਡਿਗਰੀ ਦਿੱਤਾ ਹੈ ਤੇ A C B C ਐਂਗਲ 39 ਡਿਗਰੀ ਦਿੱਤਾ ਹੈ ਠੀਕ ਹੈ ਤੇ ਆਪਾਂ ਐਂਗਲ D ਫਾਈਂਡ ਕਰਨਾ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਜੋ ਐਂਗਲ ਦੇਖੋ A ਹੈ ਐਂਗਲ A ਹੈ ਇਕੁਅਲ ਐਂਗਲ D ਠੀਕ ਹੈ ਕਿਉਂ ਕਿ ਇਹ ਜਿਹੜੇ ਕੀ ਸੈਮੀ ਸਰਕਲ ਦੇ ਦੋ ਐਂਗਲ ਲੱਗੇ ਆ ਆਪਾਂ ਨੂੰ ਪਤਾ ਤਾਂ ਨੂੰ ਮੈਂ ਦੱਸਿਆ ਸੀ ਕਿ ਜੋ ਵੀ ਐਂਗਲ ਸੈਮੀ ਸਰਕਲ ਦੇ ਵਿੱਚ ਬੰਦਿਆ ਉਹ ਐਂਗਲ ਦੇ ਕਿਸੇ ਵੀ ਪਾਰਟ ਤੇ ਬੰਦਿਆ ਉਹ ਦੋਨੋਂ ਐਂਗਲ ਇਕੁਅਲ ਹੁੰਦੇ ਆ ਠੀਕ ਹੈ ਇਹ ਕਿਹੜੇ ਐਂਗਲ ਹੋਗੇ ਸੈਮੀ ਸਰਕਲ ਦੇ ਠੀਕ ਹੈ ਸੈਮੀ ਸਰਕਲ ਦੇ ਐਂਗਲ ਹੋਗੇ ਦੋਨੋਂ ਇਸ ਕਰਕੇ A ਤੇ D ਕੀ ਹੈ ਇਕੁਅਲ ਹੈ ਠੀਕ ਹੈ ਹੁਣ ਆਪਾਂ ਟ੍ਰਾਇੰਗਲ ਲੈਨੇ ਆ ਇੱਕ ਟ੍ਰਾਇੰਗਲ ਲੈਨੇ ਆਪਾਂ ਦੇਖੋ ਠੀਕ ਹੈ ਟ੍ਰਾਇੰਗਲ ਲੈਨੇ ਆਪਾਂ A B ਤੇ C ਠੀਕ ਹੈ A B C ट्रायंगल ਲੈਂਦੇ ਆ ਠੀਕ ਹੈ ਇਹਦੇ ਵਿੱਚ ਐਂਗਲ B ਦਿੱਤਾ ਆਪਾਂ ਨੂੰ ਕਿੰਨੇ ਡਿਗਰੀ ਦਿੱਤਾ ਹੈ 69 ਦਿੱਤਾ ਹੈ ਠੀਕ ਹੈ ਤੇ ਐਂਗਲ C ਕਿੰਨਾ ਦਿੱਤਾ ਹੈ ਐਂਗਲ C ਦਿੱਤਾ ਆਪਣੇ ਕੋ 31 ਠੀਕ ਹੈ ਹੁਣ ਆਪਣੇ ਕੋ ਐਂਗਲ ਸਮ ਪ੍ਰੋਪਰਟੀ ਲਗਾ ਕੇ ਐਂਗਲ A ਫਾਈਂਡ ਕਰ ਲਾਂਗੇ ਨਾ ਐਂਗਲ A ਫਾਈਂਡ ਕਰਾਂਗੇ ਠੀਕ ਹੈ ਐਂਗਲ A प्लस एंगल बी प्लस एंगल सी टू 180 डिग्री ठीक है 180 डिग्री हो गया ਹੁਣ ਦੇਖੋ ਅੱਗੇ ਹੁਣ ਇਹਦੇ ਵਿੱਚ ਆਪਾਂ ਨੂੰ ਕੋਲ एंगल ए ਤਾਂ ਆਪਾਂ ਫਾਈਂਡ ਕਰਨਾ ਹੈ ਠੀਕ ਹੈ एंगल बी ਵੀ ਦਿੱਤਾ एंगल सी ਵੀ ਦਿੱਤਾ ਹੈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇੱਥੇ एंगल ए ਫਾਈਂਡ ਕਰਨਾ ਹੈ එතිලිකද අප දෙෙකව ඇංගලයේඒෆයින කරන්න ඇගලේ ඇගලි බීකින්න දිත්තාාපනු ඇගලි බීදිිත්තාපනු 69 ਠੀਕ ਹੈ ਔਰ ਐਂਗਲ ਸੀ ਦਿੱਤਾ 31 ਇਕੁਅਲ ਟੂ 180 ਇਹਨ ਦੋਨਾਂ ਜੋੜ ਕਰਾਂਗੇ ਕਿੰਨਾ ਬਣ ਜਾਏਗਾ 100 ਬਣ ਗਿਆ ਸੋ ਐਂਗਲ ਏ ਇਕੁਅਲ 100 minus, oh, 180 100 ਠੀਕ ਹੈ ਤੇ ਕਿੰਨਾ ਹੋ ਜਾਏਗਾ ਐਂਗਲ ਏ ਇਕੁਅਲ ਟੂ 80 ਆ ਜਾਏਗਾ ठीक है एंगल ए एटी आ गया हम आपको पता है एंगल ए तो एंगल डी गए ठीक है सो एंगल डी भी कि आजगा डिग्री हो जाएगा ठीक है एंगल डी भी कि हो जाएगा एटी डिग्री हो जाएगा ठीक है सेकंड नंबर अपनी ऑप्शन सही होगी ठीक है सेकंड नंबर ऑप्शन अपनी सही है ਕੀ ਐਂਗਲ AD ਕਿੰਨਾ ਆ ਜਾਏਗਾ 80 ਡਿਗਰੀ ਆ ਤੁਸੀਂ ਪਹਿਲਾਂ ਕੀ ਕਰਨਾ ਹੈ ਆਪਾਂ ਨੂੰ ਪਤਾ ਹੈ ਕਿ ਜਿਹੜੇ A ਤੇ D ਹੈ ਸੈਮੀ ਸਰਕਲ ਦੇ ਐਂਗਲ ਹੈ ਸੈਮੀ ਸਰਕਲ ਦੇ ਐਂਗਲ ਇਕੁਅਲ ਹੁੰਦੇ ਆ A ਅਤੇ D ਇਕੁਅਲ ਹੈ ਉਸ ਤੋਂ ਬਾਅਦ ਆਪਾਂ ਇੱਕ ਟ੍ਰੈਂਗਲ ਲੈ ਲੈਣੀ ABC ਉਹਦੇ ਵਿੱਚ B ਐਂਗਲ ਵੀ ਦਿੱਤਾ ਹੈ ਤੇ C ਵੀ ਦਿੱਤਾ ਹੈ ਐਂਗਲ ਸਮ ਪ੍ਰੋਪਰਟੀ ਲਗਾ ਕੇ A ਐਂਗਲ ਕੱਢ ਲਾਂਗੇ A ਅਤੇ D ਇਕੁਅਲ ਹੈ ਜਿੰਨਾ A ਆਏਗਾ ਉਨਾ ਹੀ D ਹੋਏਗਾ ਠੀਕ ਹੈ ਅੱਗੇ ਚਲੀਏ ਅੱਗੇ ਦੇਖੋ ਕੀ ਕਹਿ ਰਿਹਾ ਦਾ ਰੇਡੀਅਸ ਆਫ ਅ ਸਰਕਲ ਇਸ थर्टीन सेंटीमीटर एंड द लेंथ ऑफ वन ऑफ इट्स कोड इज टेन सेंटीमी find द डिस्टेंस ऑफ द कोड फ्रॉम द सेंटर ठीक है हम आप की करना है? एक आपा सर्कल बनावे ठीक है हाँ देखो एक सर्कल बना लिया ठीक है ਹਨ ਸਰਕਲ ਬਣਾ ਲਿਆ ਠੀਕ ਹੈ ਹੁਣ ਹੋ ਕੀ ਕਹਿੰਦਾ ਦਾ ਰੇਡੀਅਸ ਆਫ ਦਾ ਸਰਕਲ ਸੈਂਟਰ ਤੋਂ ਸਰਕਲ ਦਾ ਰੇਡੀਅਸ ਕਿੰਨਾ ਦਿੱਤਾ 13 ਸੈਂਟੀਮੀਟਰ radius ਆਪਾਂ ਦਿੱਤਾ ਠੀਕ ਹੈ 13 ਸੈਂਟੀਮੀਟਰ ਦਿੱਤਾ ਹੈ ਓਕੇ ਹੁਣ ਦੇਖੋ ਦ ਲੈਂਥ ਆਫ ਦਾ 1 ਆਫ ਇਟਸ ਕੋਡ ਜਿਹੜੀ ਇਹਦੀ ਕੋਡ ਹੈ ਇੱਥੋਂ ਮੰਨ ਲਈ ਕੋਡ ਜਾ ਰਹੀ ਹੈ ਠੀਕ ਹੈ ਇਹਦੀ ਲੈਂਥ ਕਿੰਨੀ ਹੈ 10 ਸੈਂਟੀਮੀਟਰ ਕੈਨ ਦਾ ਫਾਈਂਡ ਦਾ ਡਿਸਟੈਂਸ ਆਫ ਦਾ ਕੋਡ ਫਰੋਮ ਦਾ ਸੈਂਟਰ ਆ ਦੇਖੋ ਆ ਸੈਂਟਰ O ਸੀ ਠੀਕ ਹੈ आप है डिस्टेंस फाइंड करना जोड़ा वह तो यह पी तक का डिस्टेंस फाइंड करना ओ पी फाइंड करना ठीक है कि फाइंड करना है ओ, पी फाइंड करना ठीक है हम देखो आप थर्टीन दिती है ठीक है ਆ ਸਾਰੀ ਕੋਡ ਹੈਗੀ 10 ਇਹਦਾ ਜੇਕਰ ਹਾਫ ਕਰ ਦਾਂਗੇ ਕਿੰਨੀ ਰਹਿ ਜਗੀ 5 ਰਹਿ ਜਗੀ ਮੰਨ ਲਓ ਆ ਹੋ ਗਿਆ ਆਪਣੇ ਕੋਲ a ਪੁਆਇੰਟ ਆ b ਪੁਆਇੰਟ ਆਪਾਂ ਨੂੰ ab ਦਿੱਤੀ 10 ਠੀਕ ਹੈ ਤੇ ਆਪਾਂ ਨੂੰ ਪਤਾ ਹੈ ab 2 pb ਠੀਕ ਹੈ ਜੇਕਰ ਆਪਾਂ 2 pb ਠੀਕ ਹੈ ਆ ਹਾਫ ਹੈ ਇਹਨਾਂ ਦੋਵਾਂ ਨੂੰ ਏਬੀ ਟੋਟਲ ਹੈ ਜਿਹੜੀ ਇਹਦੇ ਪੀਬੀ ਦੇ ਹਾਫ ਦੇ ਬਰਾਬਰ ਹੋਗੀ 2 ਪੀਬੀ ਦੇ ਠੀਕ ਹੈ ਇਸੇ ਕਰਕੇ ਆਪਾਂ ਜਿਹੜੀ ਪੀਬੀ ਕੱਢ ਲਾਂਗੇ ਪੀਬੀ ਇਕੁਅਲ ਟੂ ਏਬੀ ਪਾਵਰ 2 ਠੀਕ ਹੈ ਮੀਨਸ 10 2 5 ਆ ਗਈ ਠੀਕ ਹੈ ਆਪਣੇ ਕੋਲ ਜਿਹੜੀ ਹੈ ਪੀਬੀ ਕਿੰਨੀ ਆ ਗਈ 5 ਹੁਣ ਆਪਣੇ ਕੋਲ ਇੱਕ ਟ੍ਰਾਇੰਗਲ ਬਣ ਗਈ ਦੇਖੋ ਅੱਗੇ ਕਰਦੇ ਆ ਆਪਾਂ ਆਪਣੇ ਕੋਲ ਇੱਕ ਟ੍ਰਾਇੰਗਲ ਬਣ ਗਈ ਰਾਈਟ ਐਂਗਲ ਟ੍ਰਾਇੰਗਲ O P B ਠੀਕ ਹੈ ਜਿੰਦੇ ਵਿੱਚ ਆਪਾਂ ਨੂੰ OB 13 ਠੀਕ ਹੈ PB ਕਿੰਨੀ ਹੈ ਪੰਜ ਹੈ ਠੀਕ ਹੈ ਤੇ ਆਪਾਂ ਉਹ ਕਹਿੰਦਾ ਫਾਈਂਡ ਦਾ ਡਿਸਟੈਂਸ ਆ ਫਾਈਂਡ ਦਾ ਡਿਸਟੈਂਸ ਆਫ ਦਾ ਕੋਡ ਫਰੋਮ ਦਾ ਸੈਂਟਰ ਸੈਂਟਰ ਤੋਂ ਕੋਡ ਆ ਡਿਸਟੈਂਸ ਫਾਈਂਡ ਕਰਨਾ ਹੈ اوਪੀ ਆਪਾਂ ਫਾਈਂਡ ਕਰਨੀ ਹੈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇਹ ਜਾਂ ਪਾਈਥਾਗੋਰਸ ਲਗਾ ਦੋ ਜਾਂ ਤੁਹਾਨੂੰ ਪਤਾ ਹੈ ਕਿ ਆਪਾਂ ਕੀ ਕਰਨਾ ਹੈ ਇਹਦਾ ਟ੍ਰਿਪਲੇਟ ਪਤਾ ਹੋਣਾ ਚਾਹੀਦਾ ਹੈ 13 ਤੇ 5.30 ਅਗਲਾ ਟ੍ਰਿਪਲੇਟ ਕੀ ਹੁੰਦਾ ਹੈ ਉਹਦੇ ਲਈ ਆਪਾਂ ਦੇਖੋ ਜਿਹੜਾ 5 ਹੈ 5 ਦਾ ਕਰਾਂਗੇ ਸਕੁਅਰ ਸਿੱਧਾ ਡਾਇਰੈਕਟ ਫਾਰਮੂਲਾ ਦੱਸ ਰਿਹਾ ਕਿੰਨਾ ਆ ਜਾਏਗਾ 25 ਆ ਜਾਏਗਾ ਠੀਕ ਹੈ 25 ਨੂੰ ਆਪਾਂ 2 ਨਾਲ ਡਿਵਾਈਡ ਕਰ ਦੋ ਕਿੰਨਾ ਆ ਜਾਏਗਾ 12.5 ਠੀਕ ਹੈ 12.5 ਆ ਜਾਏਗਾ ਹੁਣ ਦੇਖੋ 12.5 ਆਪਾਂ ਨੂੰ 13 ਤਾਂ ਦਿੱਤਾ ਹੈ ਠੀਕ ਹੈ ਆਪਾਂ ਕਿ ਦਿੱਤਾ ਹੈ 13 ਦਾ ਦਿੱਤਾ ਹੈ 12th ਤਾਂ ਦੇਖੋ ਬਾਅਦ 13 ਹੁੰਦਾ ਪਹਿਲਾ 12 ਹੁੰਦਾ ਹੈ 40 12 5 12.5 ਹੁੰਦਾ ਨਾ 13 ਦਿੱਤਾ ਹੈ ਰਹਿ ਆਪਣੇ ਕੋਲ ਕੀ ਗਿਆ 12 ਕਿਉਂਕਿ ਆਪਾਂ ਜਿਹੜਾ 12.5 ਹੋਇਆ ਨਾ ਉਸ ਤੋਂ ਅਗਲੀ ਵੈਲਿਊ ਤੇ ਪਿਛਲੀ ਵੈਲਿਊ ਲੈਣੀ ਹੁੰਦੀ ਹੈ ਟ੍ਰਿਪਲੇਟ ਕੱਢਣ ਲਈ ਠੀਕ ਹੈ ਹੁਣ ਆਪਾਂ 13 ਦਾ ਦਿੱਤਾ ਹੈ ਰੈ ਉਸ ਤੋਂ 12.5 ਤੋਂ ਪਹਿਲਾਂ ਕੀ ਆਇਆ ਕਿ 12 ਸੋ OP ਕਿੰਨੀ ਹੋ ਜਾਏਗੀ 12 ਹੋ ਜਾਏਗੀ OP ਕਿੰਨੀ ਹੋ ਜਾਏਗੀ 12 ਆਓ OP ਕਿੰਨੀ ਹੋ ਜਾਏਗੀ 12 ਵੱਲ ਹੋ ਜੇਗੀ ਆਪਾਂ ਨੂੰ ਪਾਈਥਾਗੋਰਸ ਲਗਾਉਣ ਦੀ ਲੋੜੀ ਤੇ ਤੁਸੀਂ ਕੀ ਕਰਨਾ ਹੈ ਜਦੋਂ ਟ੍ਰਿਪਲੇਟ ਕੱਢਨੇ ਆ ਉਹਦੋਂ ਆਪਾਂ ਜੋ ਛੋਟੀ ਵੈਲਿਊ ਦਿੱਤੀ ਹੋਏ ਨਾ ਤੇ ਔਡ ਨੰਬਰ ਚ ਹੋਏ 5 ਜਿਹੜਾ ਔਡ ਨੰਬਰ ਚ ਛੋਟਾ ਇਹਦਾ ਸਕੁਅਰ ਕਰਕੇ ਨਾ ਦੋਨਾਂ ਡਿਵਾਈਡ ਕਰ ਦੇਣਾ ਠੀਕ ਹੈ ਤੇ ਜਿੰਨਾ ਆਨਸਰ ਆਏਗਾ ਉਸ ਤੋਂ ਪਹਿਲਾਂ ਵਾਲੀ ਵੈਲਿਊ ਤੇ ਅਗਲੀ ਵੈਲਿਊ ਚੈੱਕ ਕਰਨੀ ਅਗਲੀ ਆਪਾਂ ਦੇਰ ਦਿੱਤੀ ਪਿਛਲੀ ਕਿੰਨੀ ਹੈ 12 ਤੇ 12 ਆਪਣਾ ਆਨਸਰ ਹੋ ਜਾਏਗਾ ਠੀਕ ਹੈ ਤੇ ਆਪਣੇ ਕੋਲ ਤਿੰਨ ਨੰਬਰ ਆਪਸ਼ਨ ਆ ਜਾਏਗੀ ਠੀਕ ਹੈ ਆਪਣਾ ਆਨਸਰ ਕਿੰਨਾ ਹੋ ਜਾਏਗਾ 12 3 ਨੰਬਰ ਆਪ অপਸ਼ਨ ਆਪਣਾ ਆਨਸਰ ਹੋ ਜਾਏਗਾ ਠੀਕ ਹੈ ਪਾਈਥਾਗੋਰਸ ਲਗਾਉਣ ਦੀ ਲੋੜ ਹੀ ਨਹੀਂ ਆਪਾਂ ਸਿੱਧਾ ਡਾਇਰੈਕਟ ਹੀ ਟ੍ਰਿਪਲੇਟ ਕੱਢ ਲੈਣੇ ਤੁਸੀਂ ਯਾਦ ਹੀ ਕਰ ਲੈਣੇ 13 5 ਤੇ 12 ਇੱਕ ਟ੍ਰਿਪਲੇਟ ਹੁੰਦਾ ਜਿਵੇਂ 3 4 ਤੇ 5 ਟ੍ਰਿਪਲੇਟ ਹੁੰਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਯਾਦ ਹੀ ਕਰ ਲੈਣੇ ਅੱਗੇ ਦੇਖੋ ਅਗਲਾ ਸਵਾਲ ਕੀ ਕਹਿੰਦਾ ਦਾ ਰੇਡੀਅਸ ਆਫ ਅ ਸਰਕਲ ਇਜ਼ 13 ਸੈਂਟੀਮੀਟਰ ਠੀਕ ਹੈ ਐਂਡ AB ਇਜ਼ ਅ ਕੋਡ ਵਿਚ ਇਜ਼ ਦਾ ਡਿਸਟੈਂਸ ਇ 12 ਸੈਂਟੀਮੀਟਰ ਦਾ ਲੈਂਥ ਆਫ ਦਾ ਕੋਡ ਇਜ਼ ਠੀਕ ਹੈ ਆਪਾਂ ਕੋਰਡ ਦੀ ਲੈਂਥ ਅੱਗੇ ਆਪਾਂ ਕੀ ਕੀਤਾ ਸੀ ਡਿਸਟੈਂਸ ਫਾਈਂਡ ਕੀਤਾ ਸੀ ਕੋਰਡ ਟੂ ਸੈਂਟਰ ਦਾ ਹੁਣ ਆਪਾਂ ਹੁਣ ਆਪਾਂ ਡਿਸਟੈਂਸ ਦਿੱਤਾ ਹੈ ਕੋਰਡ ਟੂ ਸੈਂਟਰ ਦਾ ਐਂਡ ਇੱਕ ਰੇਡੀਅਸ ਵੀ ਦਿੱਤਾ ਹੈ ਆਪਾਂ ਨੂੰ ਨਿਚੇ ਵਾਲੀ ਕੋਰਡ ਦੀ ਲੈਂਥ ਫਾਈਂਡ ਕਰਨੀ ਹੈ ਠੀਕ ਹੈ ਦੇਖੋ ਕਿਵੇਂ ਕਰਾਂਗੇ ਆ ਦੇਖੋ ਸर्कਲ ਹੈ ਠੀਕ ਹੈ ਆਪਾਂ ਨੇ ਕੋ ਰੇਡੀਅਸ ਹੋ ਗਿਆ अपने कोड होगी ठीक है एक सर्कल हो गया आने कोड होगी ठीक है आ सर्कल का रेडियस हो गया तो आ इना डिस्टेंस हो गया ठीक है हम देखो आ गई ए बी पी ला लो हम अपन दिता की है अपन सेंटर ऑफ सर्कल दिता है थर्टीन आ दिता है थर्टीन ठीक है ओके एंड जी एज ए कोड विच इज एट द डिस्टेंस बारह सेंटीमीटर बारह दिता है ਕਿੰਨਾ ਦਿੱਤਾ 12 ਫਰੋਮ ਦਾ ਸੈਂਟਰ ਤੋਂ ਐਂਡ ਦਾ ਲੈਂਥ ਆਫ ਦਾ ਆ ਕੋਡ ਦੀ ਲੈਂਥ ਆਫ ਆ ਫਾਈਂਡ ਕਰਨੀ ਪਹਿਲਾਂ ਆਪਾਂ ਕੀ ਕਰਾਂਗੇ ਹੁਣ ਦੇਖੋ ਆ ਜਿੱਕਰ 12 ਆ 13 ਹੈ ਤੇ ਤੈਨੂੰ 12 ਤੇ 13 ਦਾ ਆਪਾਂ ਨੂੰ ਪਤਾ ਪਈ ਹੁਣੇ ਆਪਾਂ ਪਿੱਛੇ ਕਰਕੇ ਗਏ ਆ ਟ੍ਰਿਪਲੇਟ ਕੀ ਹੁੰਦਾ ਹੈ 12 13 ਦਾ ਟ੍ਰਿਪਲੇਟ ਤੀਸਰਾ ਕਿੰਨਾ ਪੰਜ ਹੁੰਦਾ ਨਾ ਹੁਣੇ ਆਪਾਂ ਪਿੱਛੇ ਕਰਕੇ ਗਏ ਆ ਇਸ ਕਰਕੇ ਜਿਹੜੀ OB ਹੈ ਦੇਖੋ ਆ 12 ਹੋਊਗੀ ਆ 13 ਤੇ OB ਕਿੰਨੀ ਆ ਜਾਏਗੀ ओ भी पाँच आ जाएगी अब फाइंड की करना ए बी ए बी की होंगी है टू इंटू ओ बी ठीक है सो ए बी इजकअल टू टू इन टू फाइव कि आ जाएगा टेन आंसर आ जाएगा अपना ठीक है कि आ जाएगा टेन आंसर आ जाएगा दो नंबर ऑप्शन अपना आंसर हो जाएगा ठीक है दो नंबर बस सिंपल सामने अगे चलो की कहना क्या पी क्यू पी क्यू इज़ ए डायामीटर एंड द पी क्यू आर एस आ पी क्यू डायामीटर है तो पी क्यू आर एज साइकिल कोआर्डिनेटर है इफ जेकर पी एस आर पी एस आर अपने कोल कि आ जड़ा एंगल दिता है पी एस वन फिफ्टी डिग्री है तो क्या एंगल फाइन करो पी आर पी आर पी क्यू आर पी क्यू आप फाइन करना मान लो एंगल आप ਐਂਗਲ ਆਪਾਂ ਫਾਈਂਡ ਕਰਨਾ ਪੀ ਆਪਾਂ ਨੂੰ ਪਤਾ ਹੀ ਸਾਈਕਲਿਕ ਕੁਆਡਰਲੇਟਰ ਹੁੰਦੀ ਉਹਨਾਂ ਦੇ ਆਪੋਜ਼ਿਟ ਐਂਗਲ ਦਾ ਸਮ ਕਿੰਨਾ ਹੁੰਦਾ 180 ਹੁੰਦਾ ਇਸ ਕਰਕੇ ਜਿਹੜਾ ਆ ਦੇਖੋ ਪੀ ਐਸ ਆਰ ਕਯੂ ਪੀ ਐਸ ਆਰ ਕਯੂ ਠੀਕ ਹੈ ਇੱਕ ਸਾਈਕਲਿਕ ਕੁਆਡਰਲੇਟਰ ਹੋ ਗਈ ਇਹਦੇ ਵਿੱਚ ਐਂਗਲ ਐਸ ਪਲੱਸ ਐਂਗਲ ਕਯੂ 180 ਡਿਗਰੀ ਹੋ ਜਾਣਗੇ ਠੀਕ ਹੈ ਕਿਉਂਕਿ 180 ਡਿਗਰੀ ਆਪਾਂ ਨੂੰ ਪਤਾ ਹੈ ਕਿ ਆਪੋਜ਼ਿਟ ਐਂਗਲ ਦਾ ਸਾਮ ਕਿੰਨਾ ਹੁੰਦਾ 180 ਡਿਗਰੀ ਹੁੰਦਾ ਹੈ ਹੁਣ ਆਪ ਨੂੰ S ਐਂਗਲ 150 ਦਿੱਤਾ ਹੈ Q ਐਂਗਲ ਆਪਾਂ ਫਾਈਂਡ ਕਰਨਾ ਹੈ 180 ਐਂਗਲ Q ਕਿੰਨਾ ਆ ਜਾਏਗਾ 180 150 ਠੀਕ ਹੈ ਸੋ ਐਂਗਲ Q ਕਿੰਨਾ ਆ ਜਾਏਗਾ 30 ਡਿਗਰੀ ਆ ਜਾਏਗਾ ਇੱਥੇ ਤੱਕ ਵੇਖ ਲਓ ਆਪਣੇ ਕੋਲ ਐਂਗਲ Q ਕਿੰਨਾ ਆ ਗਿਆ 30 ਡਿਗਰੀ ਆ ਗਿਆ ਠੀਕ ਹੈ ਜਦੋਂ ਐਂਗਲ QD 30 ਡਿਗਰੀ ਆ ਗਿਆ ਹੁਣ ਆਪਾਂ ਐਂਗਲ P ਫਾਈਂਡ ਕਰਨਾ ਹੈ RPQ ਤੁਸੀਂ ਕੀ ਕਰਨਾ ਹੈ ਇਹਨਾਂ ਇੱਕ ਗੱਲ ਤੁਸੀਂ ਨੋਟ ਕਰ ਲਓ ਫਿਰ ਅੱਗੇ ਚੱਲਦੇ ਆਪਾਂ ਰੇਸ ਕਰਕੇ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਆਪਾਂ ਇੱਕ ਟ੍ਰਾਇੰਗਲ ਲੈ ਲਾਂਗੇ QRP ਠੀਕ ਹੈ ਆਪਾਂ ਇੱਕ ਟ੍ਰਾਇੰਗਲ ਲੈ ਲਾਂਗੇ QRP ਟ੍ਰਾਇੰਗਲ ਲੈ ਲਾਂਗੇ ਠੀਕ ਹੈ QRP ट्रायंगल ਲੈ ਲਈ ਠੀਕ ਹੈ ਇਹਦੇ ਵਿੱਚ ਆਪਾਂ ਨੂੰ Q ਐਂਗਲ ਦਿੱਤਾ ਹੈ ਆਪਾਂ ਉਹਨੇ ਕੱਢਿਆ 30 ਡਿਗਰੀ ਹੁਣ ਐਂਗਲ P ਹੈ ਐਂਗਲ ਜਿਹੜਾ R ਹੈ ਐਂਗਲ R ਹੈਗਾ 90 ਡਿਗਰੀ ਕਿਉਂ ਕਿ ਇਹ ਸੈਮੀ ਸਰਕਲ ਦਾ ਐਂਗਲ ਹੋ ਗਿਆ ਠੀਕ ਹੈ ਆ ਸੈਮੀ ਸਰਕਲ ਹੋ ਗਿਆ ਸੈਮੀ ਸਰਕਲ ਦੇ ਵਿੱਚ ਜੋ ट्रायंगल ਬੰਦੀ ਹੈ ਉਹਦਾ ਜੋ ਐਂਗਲ ਇਹ ਇਸ ਆ ਐਂਗਲ ਬੰਦਾ ਹੈ ਠੀਕ ਹੈ ਇਹ 90 ਡਿਗਰੀ ਦਾ ਹੁੰਦਾ ਠੀਕ ਹੈ ਸੈਮੀ ਸਰਕਲ ਦਾ ਐਂਗਲ ਹੋ ਗਿਆ ਠੀਕ ਹੈ तो एंगल पी आप कड़ना और भी एंगल सम प्रॉपर्ट लगा देंगे एंगल पी आप फाइंड करना है ठीक है एंगल क्यू अपने को थर्टी है तो एंगल आर नाइनटी है इक्वल कहते हो गए वन एटी के हो ठीक है और एंगल पी इजकल टू वन एटी कर इत एंगल पी इजकल टू वन एटी माइनस इन्होंने एड करा कि आ जाएगा वन ट्वेंटी ठीक है सो so, एंगल पी कि आ गया अपने को सिक्सटी डिग्री हूँ एंगल पी अपने को सिक्सटी डिग्री आ गया ठीक है तो एंगल आर पी क्यों आप एंगल आर पी अपने कि आ गया सिक्सटी डिग्री ठीक तो है तो तीन नंबर ऑप्शन अपना आंसर हो जाएगा ठीक है चलिए अगे अगे देखो हूँ की कहना इन द गिवन फिगर ਕੀ ਕਹਿੰਦਾ ਇਨ ਦਾ 기ਵਨ ਫਿਗਰ ਪੀ ਏ ਬੀ ਠੀਕ ਹੈ ਆ ਪੀ ਪੁਆਇੰਟ ਹੈ ਏ ਤੇ ਬੀ ਠੀਕ ਹੈ ਪੀ ਏ ਬੀ ਇਜ਼ ਅ ਸੈਕੈਂਟ ਸੈਕੈਂਟ ਮੰਨ ਲਓ ਕਿ ਇੱਕ ਛੇਦਕ ਰੇਖਾ ਹੈ ਠੀਕ ਹੈ ਪੀ ਏ ਬੀ ਐਂਡ ਪੀ ਟੀ ਪੀ ਡੀ ਟੈਂਜੈਂਟ ਟੈਂਜੈਂਟ ਮੰਨ ਲਓ ਆ ਜਿਹੜੀ ਪੀ ਟੀ ਹੈਗੀ ਹੈ ਇਹ ਟੈਂਜੈਂਟ ਹੈਗੀ ਹੈ ਮੰਨ ਲਓ ਸਪਰਸ਼ ਰੇਖਾ ਹੈ ਟੂ ਦਾ ਸਰਕਲ ਫਰੋਮ ਪੀ ਤੋਂ ਠੀਕ ਹੈ ਕਹਿੰਦਾ ਪੀ ਟੀ 5 ਹੈ ਹੁਣ ਦੇਖੋ ਆਪਣੇ ਕੋਲ ਪੀ ਤੇ ਟੀ 5 ਦਿੱਤਾ ਹੈ ਠੀਕ ਹੈ 5 ਸੈਂਟੀਮੀਟਰ PR 4 ਹੈ ਤੇ ਕਿੰਨਾ ਐਂਡ AB AB x ਹੈਗੀ ਹੈ x ਸੈਂਟੀਮੀਟਰ ਹੈ ਕਿੰਨਾ ਦੈਨ x ਇਜ਼ x ਕਿੰਨੀ ਹੋਗੀ ਹੁਣ ਇਹਦਾ ਇੱਕ ਫਾਰਮੂਲਾ ਹੁੰਦਾ ਹੈ ਠੀਕ ਹੈ ਇਹਦਾ ਫਾਰਮੂਲਾ ਹੁੰਦਾ ਤੁਸੀਂ ਇਹ ਇਸ ਤਰ੍ਹਾਂ ਦਾ ਸਮ ਆ ਜੇ ਨਾ ਆਪਾਂ ਇੱਕ ਫਾਰਮੂਲਾ ਲਗਾਉਣਾ ਹੈ ਤੁਸੀਂ ਫਾਰਮੂਲਾ ਲਿਖ ਲਓ PA ਆ ਦੇਖੋ PA ਇੰਟੂ PB ਠੀਕ ਹੈ ਪੀਏ ਇੰਟੂ ਪੀਬੀ ਇਕੁਅਲ ਟੂ ਪੀਟੀ ਦਾ ਸਕੁਅਰ ਇਹ ਫਾਰਮੂਲਾ ਤੁਸੀਂ ਨੋਟ ਕਰਨਾ ਹੈ ਜੋ ਆਪਣੇ ਕੋਲ ਜਿਹੜੀ ਸੈਕੈਂਟ ਦਿੱਤੀ ਹੋਈ ਹੈ ਇਹਦੇ ਚ ਪੀਏ ਪਹਿਲਾਂ ਇਨੀ ਹਾਫ ਫਿਰ ਉਹਦੀ ਕੰਪਲੀਟ ਲੈ ਲੈਣੀ ਪੀਬੀ ਠੀਕ ਹੈ ਪੀਏ ਪੀਬੀ ਇੰਟੂ ਜਿਹੜੀ ਆਪਣੇ ਕੋਲ ਟੈਂਜੈਂਟ ਹੈਗੀ ਹੁੰਦਾ ਸਕੁਅਰ ਕਰ ਦੇਣਾ ਠੀਕ ਹੈ ਇਹ ਫਾਰਮੂਲਾ ਲਿਖ ਲਓ ਠੀਕ ਹੈ ਹੁਣ ਆਪਣੇ ਕੋਲ ਪੀਏ ਕਿੰਨੀ ਦਿੱਤੀ ਹੋਈ ਹੈ 4 ਦਿੱਤੀ ਹੈ ਪੀਬੀ ਪੀਬੀ 4 ਆ ਤੇ ਐਕਸ ਕਿੰਨੀ ਹੋ ਜੇਗੀ ਪੀਬੀ एक्स प्लस चार हो जाएगी इक्वल कि स्केयर पी टी फाइव द स्केयर ठीक है चार चार अट्ठा एक्स अट्ठ एक्स हो गए इजिकल टू तो ट्वेंटी फाइव <coughs> हम ਜਿਹੜਾ 8 ਉਧਰ ਜਾ ਕੇ ਟ੍ਰਾਂਸਪੋਜ਼ ਕਰ ਦਾਂਗੇ 25 ਦੇ ਵਿੱਚ 8 ਮਾਈਨਸ ਕਰ ਦਾਂਗੇ ਨਾ 25 ਦੇ ਵਿੱਚ 8 ਕਿੰਨੇ ਰਹਿ ਜਾਣਗੇ 17 ਠੀਕ ਹੈ 25 ਦੇ ਵਿੱਚ ਨਾ ਸੋਰੀ ਇੱਥੇ ਮਲਟੀਪਲਾਈ ਜਗਾ ਹੈ ਠੀਕ ਹੈ ਗਲਤੀ ਹੋ ਗਈ ਆ ਗਿਆ ਮਲਟੀਪਲਾਈ ਦਾ ਸਾਈਨ ਸੀ कट दो, ठीक है अपने को पी ए चार आ मल्टीप्लाई चीज़ ठीक है इस करके जो इनू ब्रैकट लै लो फिर आ वैल्यू न ठीक है आ जोड़ा फोर है उधर जाके ये मल्टीप्लाई उधर जाके डिवाइड कर देंगे ठीक है आप देखो एक्स प्लस फोर इजकल टू ट्वेंटी फाइव अपॉन फोर ठीक है ट्वेंटी फाइव ऑन फोर कर देंगे ठीक है हम आपू सोलव करा जिन सोलव करा तो अपने को जाएगा ट्वेंटी फाइव पॉइंट फोर सिक्स पॉइंट टू फाइव आ जाएगा ठीक है सिक्स पॉइंट टू फाइव आ जाए हम अपन एक्स प्लस फोर पे ठीक है? है हाँ देखो अपने को एक्स प्लस फोर पे ना एक्स इधर रख लेंगे सिक्स पॉइंट टू फाइव के वो फोर माइनस कर देंगे एक्स की वैल्यू कि आ जाएगी टू पॉइंट टू फाइव अपने को वैल्यू आ जाएगी ठीक है तो तीन नंबर ऑप्शन अपना आंसर हो जाएगा ठीक है टू पॉइंट टू फाइव ओके अपने को अपना आंसर आ जाएगा अगे चलते हैं अगे देखो की कहता टू कंसेंट्रिक सर्कल आर ऑफ रेडियस 5 ਸੈਂਟੀਮੀਟਰ ਆ ਦੇਖੋ ਕੰਸੈਂਟ੍ਰਿਕ ਸਰਕਲ ਦਾ ਮਤਲਬ ਕੀ ਸਰਕਲ ਦੇ ਵਿੱਚ ਸਰਕਲ ਬਣਿਆ ਹੈ ਠੀਕ ਹੈ ਜਿੰਦਾ ਕਿ ਰੇਡੀਅਸ ਦਿੱਤਾ ਹੈ ਆ ਵੱਡੇ ਸਰਕਲ ਦਾ ਜੋ ਹੈ ਬਾਹਰਲਾ ਸਰਕਲ ਹੈਗਾ ਉਹਦਾ ਰੇਡੀਅਸ 5 ਸੈਂਟੀਮੀਟਰ ਹੈ ਤੇ ਛੋਟੇ ਵਾਲੇ ਦਾ 3 ਸੈਂਟੀਮੀਟਰ ਦਾ ਲੈਂਥ ਆਫ ਦਾ ਕੋਡ ਆਫ ਦਾ ਲਾਰਜ ਸਰਕਲ ਠੀਕ ਹੈ ਆ ਜਿਹੜਾ ਲਾਰਜ ਸਰਕਲ ਦੀ ਜਿਹੜੀ ਕੋਡ ਹੈ ਜੀਵਾ ਹੈ ਉਹ ਕੀ ਟੱਚ ਕਰ ਰਹੀ ਹੈ ਦਾ ਕਿਹਨੂੰ ਟੱਚ ਕਰ ਲਈ ਸਮਾਲਰ ਸਰਕਲ ਨੂੰ ਠੀਕ ਹੈ ਕੀ ਆਪਾਂ ਉਹ ਲੈਂਥ ਆਪਾਂ ਕੀ ਫਾਈਂਡ ਕਰਨੀ ਆ ਕੋਡ ਪਤਾ ਕਰਨੀ ਆ ਏਬੀ ਕੋਡ ਪਤਾ ਕਰਨੀ ਹੈ ਜਿਹੜੀ ਕਿ ਵੱਡੇ ਸਰਕਲ ਦੀ ਕੀ ਹੈ ਕੋਡ ਇੱਕ ਤੇ ਛੋਟੇ ਸਰਕਲ ਨੂੰ ਟੱਚ ਕਰ ਰਹੀ ਆ ਆਪਾਂ ਉਹ ਕੋਡ ਫਾਈਂਡ ਕਰਨੀ ਮੰਨ ਲਓ ਆਪਾਂ ਕੀ ਫਾਈਂਡ ਕਰਨਾ ਹੈ ਏਬੀ ਫਾਈਂਡ ਕਰਨੀ ਹੈ ਠੀਕ ਹੈ ਹੁਣ ਦੇਖੋ ਆਪਣੇ ਕੋਲ ਓ ਜਿਹੜਾ 5 ਸੈਂਟੀਮੀਟਰ ਦਿੱਤੀ ਹੈ ਠੀਕ ਹੈ ਆ 5 ਸੈਂਟੀਮੀਟਰ ਦਿੱਤੀ ਹੈ ਨਾ ਇਹ 5 ਸੈਂਟੀਮੀਟਰ ਰੇਡੀਅਸ ਹੈ ਇਟ ਮੀਨਸ ਆ 5 ਸੈਂਟੀਮੀਟਰ ਰੇਡੀਅਸ ਤੇ ਓਏ ਕੀ ਹੋ ਜਾਏਗਾ ਵੀ 5 ਸੈਂਟੀਮੀਟਰ ਹੋ ਜਾਏਗਾ ਠੀਕ ਹੈ OE ਵੀ ਹੋ ਜਾਏਗਾ ਕਿਉਂਕਿ OB ਵੀ and equal ਹੈ ਠੀਕ ਹੈ ਜਿਹੜਾ ਆਪਣੇ ਕੋਲ ਆਹ 3 ਸੈਂਟੀਮੀਟਰ ਦੇ ਛੋਟੇ ਸਰਕਲ ਦੀ ਜੋ ਦਿੱਤੀ ਹੈ ਜੀ ਆਪਣੇ ਕੋਲ ਰੇਡੀਅਸ ਤੇ ਜੇ OP ਵੀ ਛੋਟੇ ਸਰਕਲ ਦਾ ਰੇਡੀਅਸ ਬਣ ਰਿਹਾ ਠੀਕ ਹੈ ਇਸ ਕਰਕੇ OP ਵੀ ਕੀ ਹੋ ਜਾਏਗਾ ਆਪਣੇ ਕੋਲ 3 ਸੈਂਟੀਮੀਟਰ ਹੋ ਜਾਏਗੀ OP ਠੀਕ ਹੈ ਠੀਕ ਹੈ ਆਪ ਨੂੰ AB ਆਪਾਂ ਫਾਈਂਡ ਕਰਨੀ ਹੈ ਠੀਕ ਹੈ ਉੰਦੇ ਚ ਆਪਾਂ ਨੂੰ OA ਦਿੱਤੀ 5 ਸੈਂਟੀਮੀਟਰ ਤੇ OP ਆਪਣੇ ਕੋਲ ਕਿੰਨੇ 3 ਸੈਂਟੀਮੀਟਰ ਹੁਣ ਆਪਾਂ ਦੇਖੋ ਆ ਇੱਕ ਟ੍ਰੈਂਗਲ ਬਣ ਰਹੀ ਆ ਜਿਹੜੀ ਆ ਟ੍ਰੈਂਗਲ ਬਣ ਰਹੀ ਨਾ ਆਪਣੇ ਕੋਲ ਠੀਕ ਹੈ ਤੇ ਇੰਦੇ ਚ ਆਪਾਂ AP ਫਾਈਂਡ ਕਰ ਲਾਂਗੇ ਠੀਕ ਹੈ AB ਫਾਈਂਡ ਕਰ ਲਾਂਗੇ ਹੁਣ ਆਪਾਂ ਨੂੰ ਪਤਾ ਹੈ ਆਪਣੇ ਕੋਲ ਕੀ ਦਿੱਤਾ ਹੈ ਆ 5 ਦਿੱਤੀ ਹੈ आ नहीं हो थ्री दी है आ कि हो जाएगी ट्रिपलेट फाइव थ्री तो ट्रिपलेट फाइव थ्री तो ट्रिपलेट की होंगे फोर होंगे ठीक है सीधी आप ए पी कि आ जाएगी अपने को फोर आ जाएगी जब ए पी फोर है तो आप की करनी ए बी फाइंड करनी है आप पता ए बी कू ए पी होगी ठीक है तो ए बी इजकअल टू टू इंटू फोर ठीक है ਤੇ ਇਹ ਵੀ ਕਿੰਨੀ ਹੋ ਜਾਏਗੀ ਆਪਣੇ ਕੋਲ 8 ਸੈਂਟੀਮੀਟਰ ਜੀ ਠੀਕ ਹੈ ਜ ਆਪਣੀ ਫੋਰਥ ਨੰਬਰ ਆਪਣੀ অপਸ਼ਨ ਹੋ ਜਾਏਗੀ ਓਕੇ ਲੱਗੀ ਸਮਝ ਆਪਾਂ ਸਿੱਧਾ ਪਹਿਲਾਂ ਕੀ ਕਰ ਲਾਂਗੇ ਆਪ ਨੂੰ ਆਪ ਨੂੰ ਪਤਾ ਕਿ ਵੱਡੇ ਸਰਕਲ ਦਾ ਜੋ ਆਪ ਨੂੰ ਡਾਇਡਿਸਤਾ ਮੈਨੂੰ ਉਹ ਤਬ AB ਫਿਰ 5 ਸੈਂਟੀਮੀਟਰ ਹੋ ਜੇਕਰ ਆ 5 ਸੈਂਟੀਮੀਟਰ ਕਿੰਨੇ ਵੱਡੇ ਸਰਕਲ ਦਾ ਰੇਡੀਅਸ ਆ ਰਿਹਾ ਤੇ ਆ ਜਿਹੜੇ OP ਛੋਟੇ ਸਰਕਲ ਦਾ ਰੇਡੀਅਸ ਹੈ ਤਾਂ ਉਹ ਕਿੰਨਾ ਦਿੱਤਾ ਹੈ 3 ਤੇ ਠੀਕ ਹੈ ਆਪਾਂ AB ਫਾਈਂਡ ਕਰਨੀ ਹੈ ਤੇ ਆਪਾਂ ਨੂੰ ਪਤਾ ਹੈ AB ਫਾਈਂਡ ਕਰਨ ਦੇ ਆਪਾਂ ਪਹਿਲਾਂ AP ਕਰ ਲਾਂਗੇ ਠੀਕ ਹੈ AP 4 ਆ ਜਾਏਗੀ ਤੇ ਆ ਕੀ ਇਹਦਾ ਹਾਫ ਕਰ ਲਈਏ ਤੇ ਇਹਦਾ ਡਬਲ ਕੀ ਹੋ ਜਾਏਗਾ AB ਇਹਨੂੰ 2 ਨਾਲ ਮਲਟੀਪਲਾਈ 8 ਸੈਂਟੀਮੀਟਰ ਆਪਣਾ ਆਨਸਰ ਆ ਜਾਏਗਾ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਚ ਇਨਹੀਂ ਅੱਜ ਇਹੀ ਆਪਣਾ ਚੈਪਟਰ ਕੰਪਲੀਟ ਹੁੰਦਾ ਕੱਲ ਆਪਾਂ ਨਵਾਂ ਚੈਪਟਰ ਸ਼ੁਰੂ ਕਰਾਂਗੇ ਸੋ ਥੈਂਕ ਯੂ ਫਾਰ ਵਾਚਿੰਗ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਠੀਕ ਹੈ ਜੋ ਵੀ ਸਾਡੇ ਵਟਸਐਪ ਗਰੁੱਪ ਵਿੱਚ ਐਡ ਨਹੀਂ ਹਨ ਉਹ ਇਸ ਨੰਬਰ ਤੇ ਮੈਸੇਜ ਕਰ ਦੇਣਾ 9530806705 ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਜਾਏਗਾ ਜਿਸ ਵਿੱਚ ਤੁਹਾਨੂੰ ਨਾਲ ਦੀ ਨਾਲ ਸਾਰੇ जो भी वीडियो अपलोड करा उन्हें नोटिफिकेशन मिलता रहेगा ठीक है तो इस तरह ही अपनी तुम अपनी तैयारी करते रहो सो थैंक यू फॉर वॉचिंग गॉड ब्लैस यू